ਸਤਿ ਸ਼੍ਰੀ ਅਕਾਲ ਜੀ। ਤਕਰੀਬਨ ਸਵਾ ਮਹੀਨਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਦ ਸ਼ਾਇਦ ਪੰਜਾਬ 'ਚ ਕੋਰੋਨਾ ਦੀ ਮਹਾਂਮਾਰੀ ਦਾ ਪੂਰਾ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਸੀ ਉਸ ਟਾਈਮ, ਜਿਹੜਾ ਅੱਜ ਤਾਂ ਅਸੀਂ ਆਮ ਹੀ ਜਾਣ ਗਏ ਕਿ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਨਣਾ, ਹੱਥ ਧੋਣਾ, ਇਹ ਆਪਾਂ ਸਭ ਜਾਣ ਗਏ। ਲੇਕਿਨ ਅੱਜ ਮੈਂ ਖਾਸ ਤੁਹਾਡੇ ਨਾਲ ਇਹ ਗੱਲ ਇੱਕ ਵਾਰ ਫੇਰ ਦੁਹਰਾਉਣਾ ਚਾਹਾਂਗੀ, ਕਿਉਂਕਿ ਇੱਕ ਦੋ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਵਾਢੀ ਸ਼ੁਰੂ ਕਰਨ ਦੇ ਅਲਾਓ ਕਰ ਦਿੱਤਾ ਹੈਗਾ, ਅਤੇ ਇਹਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਖੇਤਾਂ 'ਚ ਆਉਣਾ ਜਾਣਾ, ਉਹਦੇ ਬਾਅਦ ਮੰਡੀਆਂ 'ਚ ਆਉਣਾ ਜਾਣਾ, ਆਪਣੇ ਕਿਸਾਨ ਭੈਣ ਭਰਾ ਹੋਣ, ਮਜ਼ਦੂਰ ਭੈਣ ਭਰਾ ਹੋਣ, ਮੁਲਾਜ਼ਮ ਹੋਣ, ਇਹ ਜਿਹੜੀ ਬਿਮਾਰੀ ਨੂੰ ਰੋਕਣ ਵਾਸਤੇ ਪੂਰਾ ਲੋਕਡਾਊਨ ਕਰਕੇ ਸੋਸ਼ਲ ਡਿਸਟੈਂਸਿੰਗ, ਮਤਲਬ ਇੱਕ ਬੰਦਾ ਦੂਜੇ ਦੇ ਨੇੜੇ ਨਾ ਆਏ, ਜਿਹਦੇ ਨਾਲ ਇਹ ਬਿਮਾਰੀ ਰੁਕੀ ਹੋਈ ਸੀ। ਲੇਕਿਨ ਹੁਣ ਵਾਢੀ ਦੇ ਕਾਰਨ ਅਤੇ ਮੰਡੀਆਂ ਦੇ ਆਉਣ ਜਾਣ ਕਰਕੇ ਲੋਕਾਂ ਨੂੰ ਲੋਕਾਂ ਦੇ ਵਿੱਚ ਜਾਣਾ ਹੀ ਪਊਗਾ, ਜਿਹਦੇ ਕਰਕੇ ਇਸ ਬਿਮਾਰੀ ਨੂੰ ਫੈਲਣ ਦਾ ਖਤਰਾ ਕਈ ਗੁਣਾ ਵੱਧ ਜੂਗਾ। ਜਿਹਦੇ ਕਰਕੇ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਬੇਨਤੀ ਕਰਨ ਵਾਸਤੇ ਤੁਹਾਡੇ ਰੂਬਰੂ ਹੋਈ ਹਾਂ ਕਿ ਜਿਵੇਂ ਮੈਂ ਦੱਸਿਆ ਮਾਸਕ ਪਹਿਨਣਾ, ਮੈਂ ਆਹ ਵੀ ਇੱਕ ਵੀਡੀਓ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਘਰ 'ਚ ਪਈ ਚੀਜ਼ਾਂ ਦੇ ਨਾਲ ਤੁਸੀਂ ਮਾਸਕ ਕਿਵੇਂ ਬਣਾ ਸਕਦੇ ਹੋ ਇਹ ਵੀ ਮੈਂ ਦਿਖਾਵਾਂਗੀ। ਲੇਕਿਨ ਘੱਟ ਤੋਂ ਘੱਟ ਰੁਮਾਲ ਬੰਨ੍ਹ ਕੇ, ਆਪਣੇ ਕੋਲ ਸੈਨੇਟਾਈਜ਼ਰ ਜਾਂ ਸਾਬਣ ਦੀ ਟਿੱਕੀ ਨਾਲ ਰੱਖ ਕੇ, ਪਾਣੀ ਦੀ ਬੋਤਲ ਰੱਖ ਕੇ, ਹੱਥ ਧੋਣਾ, ਲੋਕਾਂ ਤੋਂ ਜਿੰਨੀ ਦੂਰੀ ਬਣਾ ਕੇ ਰੱਖ ਸਕਦੇ ਹੋ, ਕਿਉਂਕਿ ਇਸ ਗੱਲ ਨੂੰ ਯਾਦ ਰੱਖੋ, ਇਹੋ ਜਿਹੀ ਬਿਮਾਰੀ ਜਾਂ ਰੱਬ ਬਚਾ ਸਕਦਾ ਜਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ। ਇਹ ਇਹੋ ਜਿਹੀ ਬਿਮਾਰੀ ਜਿਹਦਾ ਦੇਖਣ 'ਚ ਤੁਹਾਨੂੰ ਨਜ਼ਰ ਨਹੀਂ ਆਉਂਦੀ, ਜਿਵੇਂ ਅੱਜ ਅਸੀਂ ਬੈਠੇ ਹਾਂ, ਮੈਨੂੰ ਲੱਗਦਾ ਮੈਂ ਬਿਲਕੁਲ ਠੀਕ ਹਾਂ, ਤੁਹਾਨੂੰ ਲੱਗਦਾ ਤੁਸੀਂ ਬਿਲਕੁਲ ਠੀਕ ਹੋ, ਬਾਹਰ ਜਾਓਗੇ ਤੁਹਾਡੇ ਨਾਲ ਵਾਲਾ ਦੇਖਣ 'ਚ ਤਾਂ ਠੀਕ ਲੱਗਦਾ ਹੈ, ਲੇਕਿਨ ਜਦ ਉਹਨੂੰ ਖੁਦ ਨਹੀਂ ਪਤਾ ਕਿ ਮੈਨੂੰ ਇਹ ਬਿਮਾਰੀ ਪੈ ਗਈ ਹੈ, ਉਸ ਸਮੇਂ ਤੋਂ ਹੀ ਇਹ ਬਿਮਾਰੀ ਫੈਲਾਉਣੀ ਸ਼ੁਰੂ ਕਰ ਦਿੰਦਾ ਹੈ। ਉਹਦੇ ਬਿਮਾਰੀ ਦੇ ਸਿਮਟਮਸ ਤੋਂ 2-3 ਹਫ਼ਤੇ ਬਾਅਦ ਜਾ ਕੇ ਸਾਹਮਣੇ ਆਉਂਦੇ ਨੇ। ਸੋ ਵੱਧ ਤੋਂ ਵੱਧ ਅਸੀਂ ਆਪਣੇ ਆਪ ਨੂੰ, ਜਿੰਨਾ ਵੀ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ, ਬਾਹਰ ਤੋਂ ਵਾਪਸ ਲੌਟ ਕੇ ਘਰ ਪਹਿਲੇ ਨਹਾ ਧੋ ਕੇ, ਆਪਣੇ ਕੱਪੜੇ ਅੱਡ ਕਰਕੇ ਫਿਰ ਘਰ ਦੇ ਅੰਦਰ ਜਾਈਏ, ਅਤੇ ਆਪਣੇ ਆਪ ਨੂੰ ਮਾਸਕ ਪਾ ਕੇ ਜਿੰਨਾ ਲੋਕਾਂ ਤੋਂ ਦੂਰ ਰੱਖ ਸਕਦੇ ਹਾਂ, ਹੱਥਾਂ ਨੂੰ ਸਾਫ਼ ਰੱਖ ਕੇ, ਮੂੰਹ ਦੇ ਨੇੜੇ ਤੇੜੇ ਨਾ ਲਾਈਏ, ਇਹ ਸਾਰੀ ਚੀਜ਼ਾਂ ਦਾ ਜ਼ਰੂਰ ਧਿਆਨ ਵਰਤੋ, ਕਿਉਂਕਿ ਇਸ ਆਉਣ ਵਾਲੇ ਸਮੇਂ 'ਚ, ਅਗਲੇ ਮਹੀਨੇ 'ਚ ਬਹੁਤ ਲੋਕਾਂ ਦਾ ਅੰਦਰ ਆਉਣਾ ਜਾਣਾ ਹੋਊਗਾ, ਇਹਨੂੰ ਆਪਾਂ ਰੋਕ ਵੀ ਨਹੀਂ ਸਕਦੇ, ਉਹਦੇ ਬਾਅਦ ਫਿਰ ਬਿਜਾਈ ਵੀ ਆਉਣੀ ਹੈ। ਸੋ ਪਹਿਲੇ ਤੋਂ ਵੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਸਤਿ ਸ਼੍ਰੀ ਅਕਾਲ।